ਹਾਂਜੀ ਸੱਜਣੋ ਕੀ ਹਾਲ ਹਵਾਲ ਹੈ ਜਿਵੇਂ ਕਿ ਸਭ ਦੋਸਤ ਜਾਣਦੇ ਹੋ ਮੈਂ ਤੁਹਾਡਾ ਆਪਣਾ ਅਧਰ ਹਲਲੀ ਐਵੇਂ ਹੀ ਹੱਸਦੇ ਵਸਦੇ ਰਹੋ ਤੇ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਸਬਸਕ੍ਰਾਈਬ ਕਰੋ ਬੈਲ ਆਈਕਨ ਨਾ ਦਬਾਓ ਤਾਂ ਕਿ ਨਵੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਕੋਈ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਇਲੈਕਸ਼ਨ ਮੁੱਕ ਗਿਆ ਹੁਣ ਬਸ ਪਾਰਟੀ ਤੋੜਨ ਜੋੜਨ ਦੀ ਸੁਭਾ ਬੰਦੀਆਂ ਇੱਕ ਦੋ ਪਾਰਟੀਆਂ ਆਪਸ ਦੇ ਵਿੱਚ ਕਰਦੀਆਂ ਪਈਆਂ ਨੇ ਕਿਸੀ ਹਕੂਮਤ ਬਣਾ ਲਈ ਰਾਲੇ ਕਿਸੀ ਬਣਾ ਲਈਏ ਕੋਈ ਉਹਦੇ ਨਾਲ ਰਾਲ ਦੇਗਾ ਹਾਲਾਂਕਿ ਹਲਫ ਚੁੱਕੇ ਹੋਏ ਸਨ ਬੰਦਿਆਂ ਨੇ ਪਹਿਲਾਂ ਕਿ ਅਸੀਂ ਆਪ ਪਾਰਟੀ ਨਹੀਂ ਛੱਡਾਂਗੇ ਉਹ ਵੀ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੁੰਦੇ ਫਿਰਦੇ ਨੇ ਤੇ ਇਹਨਾਂ ਨੇ ਕੁਰਾਨ ਪਾਕ ਨੂੰ ਮਜ਼ਾਕ ਬਣਾਇਆ ਹੋਇਆ ਉਹਦੇ ਉੱਤੇ ਹੱਥ ਰੱਖ ਕੇ ਹਲਫ ਚੁੱਕਦੇ ਨੇ ਕਿ ਅਸੀਂ ਆਸ ਪਾਰਟੀ ਦੇ ਨਾਲ ਗਦਾਰੀ ਨਹੀਂ ਕਰਾਂਗੇ ਉਸ ਪਾਰਟੀ ਦੇ ਨਾਂ ਤੋਂ ਵੋਟ ਲਾ ਕੇ ਹੁਣ ਦੂਜੀਆਂ ਪਾਰਟੀਆਂ ਤੇ ਸ਼ਾਮਲ ਹੁੰਦੇ ਫਿਰਦੇ ਨੇ ਕਿ ਸ਼ਰਮ ਕਰੋ ਕੁਸ਼ ਸ਼ਰਮ ਕਰੋ ਇਹ ਪਾਕ ਕੁਰਾਨ ਨੂੰ ਤੁਸੀਂ ਮਜ਼ਾਕ ਬਣਾਇਆ ਨਾਂ ਦੇ ਮੁਸਲਮਾਨ ਰਹਿ ਗਏ ਆ ਗੱਲਾਂ ਦਾਅਵੇ ਤਾਂ ਅਸੀਂ ਬੜੇ ਕਰਦੇ ਆਂ ਪਰ ਅਸੀਂ ਹੁਣ ਨਾਂ ਦੇ ਮੁਸਲਮਾਨ ਰਹਿ ਗਏ ਆਂ ਮਾੜੀ ਦੀ ਗੱਲ ਹੁੰਦੀ ਹੈ ਤੇ ਕੁਰਾਨ ਪਾਕ ਚੁੱਕ ਲੈਨੇ ਆ ਤੂੰ ਚੁੱਕ ਦੇ ਜਾਂ ਮੈਂ ਚੁੱਕ ਦੇ ਤੂੰ ਮਸੀਤੇ ਚੜਦਾ ਜਾਂ ਮੈਂ ਚੜ ਜਾਣਾ ਛੱਡ ਦਿਓ ਇਹਨਾਂ ਗੱਲਾਂ ਨੂੰ ਮੁਸਲਮਾਨ ਬਣੋ ਚੰਨ ਗੱਲਾਂ ਸਿੱਧੀਆਂ ਸਿੱਧੀਆਂ ਨੇ ਅਗਰ ਮੇਰੀਆਂ ਗੱਲਾਂ ਦਾ ਕਿਸੇ ਨੂੰ ਵੀ ਗੁੱਸਾ ਲੱਗੇ ਤੇ ਐਡਵਾਂਸ ਦੇ ਵਿੱਚ ਹੀ ਮਾਫਰਤ ਸਿਆਸਤ ਨਾ ਆਵਾ ਝੋੜਦਾ ਜਿਹਨੂੰ ਝੂਠ ਸੁਣਾਉਣਾ ਹੁੰਦਾ ਗੱਲ ਸੁਣਾਉਣੀ ਆਉਂਦੀ ਹੈ ਸਿਆਸਤ ਉਹ ਬੰਦਾ ਹੀ ਕਰ ਸਕਦਾ ਇਹ ਨਹੀਂ ਕਿ ਸਿਆਸਤ ਦੇ ਵਿੱਚ ਸਾਰੇ ਹੀ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਕੋਈ ਬੰਦੇ ਚੰਗੇ ਵੀ ਹੁੰਦੇ ਨੇ ਹੁਣ ਆ ਕੱਲ ਦੀ ਗੱਲ ਹੈ ਹਾਫਿਜ਼ ਨੈਮ ਰਹਿਮਾਨ ਨੇ ਜੇਜੂ ਆਜ ਦਾ ਜਮਾਤ-ਏ-ਇਸਲਾਮੀ ਦਾ ਉਹਨੇ ਆਪਣੀ ਸੀਟ ਛੱਡ ਦਿੱਤੀ ਉਹਨੇ ਆਖਿਆ ਕਿ ਇਹ ਸੀਟ ਮੈਂ ਜਿੱਤਿਆ ਹੀ ਨਹੀਂ ਹੈ ਫਾਰਮ 45 ਦੇ ਮੁਤਾਬਕ ਕਿ ਪੀਟੀਆਈ ਦਾ ਜਿਹੜਾ ਇੱਥੇ ਉਮੀਦਵਾਰ ਸੀ ਉਹ ਜਿੱਤਿਆ ਹੈ ਮੈਂ ਸੀਟ ਨਹੀਂ ਜਿੱਤਿਆ ਇਹ ਸੀਟ ਉਹਨੂੰ ਦੇਵੋ ਤੁਸੀਂ ਮੈਨੂੰ ਕਿਸ ਤਰ੍ਹਾਂ ਸੀਟ ਦੇ ਮੈਂ ਤੀਜੇ ਨੰਬਰ ਤੇ ਆ ਰਿਹਾ ਤੁਸੀਂ ਮੈਨੂੰ ਇਹ ਸੀਟ ਦੇ ਤਾਈਂ ਆ ਰਹੇ ਹੋ ਗੱਲਾਂ ਹੁੰਦੀਆਂ ਨੇ ਅਸੂਲ ਦੀਆਂ ਅਸੂਲ ਤੇ ਖਲੌਣ ਦੀਆਂ ਵਫਾਦਾਰੀ ਦੀਆਂ ਗੱਲਾਂ ਹੁੰਦੀਆਂ ਨੇ ਤੇ ਅੱਜ ਕੱਲ ਦੇ ਸਿਆਸਤਦਾਨਾਂ ਨੇ ਸਾਡੇ دین ਨੂੰ ਮਜ਼ਾਕ ਬਣਾਇਆ ਹੈ ਗੱਲ-ਗੱਲ ਤੇ ਕੁਰਾਨ ਚੁੱਕਦੇ ਨੇ ਗੱਲ-ਗੱਲ ਤੇ ਕਸਮਾਂ ਚੁੱਕਣ ਲੱਗ ਪੈਂਦੇ ਨੇ ਸੋ ਯਾਰ ਤੁਸੀਂ ਮੁਸਲਮਾਨ ਹੋ ਕੁਛ ਖਿਆਲ ਕਰੋ دین ਨੂੰ ਤੁਸੀਂ ਬਦਨਾਮ ਕੀਤਾ ਆ ਦੂਜੇ ਬਾਹਰ ਦੇ ਮੁਲਕ ਵੀ ਇਹਨਾਂ ਗੱਲਾਂ ਤੇ ਗੱਲਾਂ ਸੁਣਾਣ ਦੇ ਨੇ ਐਵੇਂ ਹੋ ਗਿਆ ਐਵੇਂ ਹੋ ਗਿਆ ਸੋ ਕਰੇ ਗੱਲਾਂ ਬਾਤਾਂ ਚੰਗੀਆਂ ਲੱਗਣ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਿਓ ओके okay जी ਰੱਬ ਰਾਖਾ ਮਿਲਾਂਗੇ ਅਗਲੀ ਵੀਡੀਓ ਚ